Good morning, dear students. In this video, we are going to start our first unit, unit and measurement. In lower classes, you studied about units and measurement. In this class, mean plus one, you will study about units and measurement in detail. So we are going to start now. What is units and measurement? ਆਪਾਂ ਜੋ ਅੱਜ ਯੂਨਿਟ ਸਟਾਰਟ ਕਰਨਾ ਠੀਕ ਹੈ ਉਹਦੇ ਬਾਰੇ ਆਪਾਂ ਪਹਿਲਾਂ ਡਿਸਕਸ ਕਰਾਂਗੇ ਯੂਨਿਟਸ ਤੇ ਮੈਜ਼ਰਮੈਂਟ ਹੁੰਦੀ ਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾਟ ਇਜ਼ ਦਾ ਨੀਡ ਆਫ ਮੈਜ਼ਰਮੈਂਟ ਕੀ ਮੈਜ਼ਰਮੈਂਟ ਦੀ ਲੋੜ ਕਿਉਂ ਪਈ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਡਿਫਾਈਨ ਵੀ ਕਰਾਂਗੇ ਯੂਨਿਟ ਨੂੰ ਤੇ ਮੈਜ਼ਰਮੈਂਟ ਨੂੰ ਦੇਖੋ ਕੋਈ ਵੀ ਆਪਾਂ ਯੂਜ਼ ਕਰਦੇ ਹਾਂ ਕੋਈ ਵੀ ਕੁਆਂਟੀਟੀ ਯੂਜ਼ ਕਰਦੇ ਹਾਂ ਆਪਾਂ ਸਪੋਜ਼ ਕਰ ਲਓ ਆਪਾਂ ਵਾਟਰ ਨੂੰ ਮੈਜ਼ਰ ਕਰਨਾ ਵਾ ਲੀਟਰ ਦੇ ਵਿੱਚ ਕਰਦੇ ਹਾਂ ਹੋਰ ਕੋਈ ਕੁਆਂਟੀਟੀ ਆ ਉਹਨੂੰ ਕਿਲੋਗ੍ਰਾਮ ਦੇ ਵਿੱਚ ਮੈਜ਼ਰ ਕਰ ਲੈਂਦੇ ਹਾਂ ਜਾਂ ਜੋ ਟਾਈਮ ਹੈ ਟਾਈਮ ਨੂੰ ਆਪਾਂ ਸੈਕਿੰਡ ਦੇ ਵਿੱਚ ਮੈਜ਼ਰ ਕਰਦੇ ਹਾਂ ਠੀਕ ਹੈ ਉਹਦੀ ਲੋਐਸਟ ਯੂਨਿਟ ਆ ਜਿਹੜੀ ਮਤਲਬ ਹਰੇਕ ਨੂੰ ਮੈਜ਼ਰ ਕਰਨ ਦੇ ਲਈ ਅਲੱਗ ਅਲੱਗ ਯੂਨਿਟਸ ਬਣੇ ਹੋਏ ਆ ਜੇ ਯੂਨਿਟਸ ਨਾ ਹੁੰਦੇ ਫਿਰ ਕੀ ਹੋਣਾ ਸੀਗਾ ਆਪਾਂ ਨੂੰ ਉਹਦੀ ਜਿਹੜੀ ਮੈਜ਼ਰਮੈਂਟ ਸੀਗੀ ਕਿਸੇ ਵੀ ਚੀਜ਼ ਨੂੰ ਆਪਾਂ ਮੈਜ਼ਰ ਕਰਨਾ ਸੀਗਾ ਚਾਹੇ ਉਹ ਲੈਂਥ ਹੁੰਦੀ ਚਾਹੇ ਆਪਣੇ ਕੋਲ ਆਪਾਂ ਕਿਸੇ ਦਾ ਵੇਟ ਕਰਦੇ ਪਏ ਹਾਂ ਜਾਂ ਉਹ ਟਾਈਮ ਦੇ ਨਾਲ ਰਿਲੇਟਡ ਆਪਾਂ ਦੱਸ ਨਹੀਂ ਸਕਣਾ ਸਪੋਜ਼ ਕਰ ਲਓ ਆਪਾਂ ਕੀ ਕਰਦੇ ਟਾਈਮ ਨੂੰ ਮੈਜ਼ਰ ਕੀਤਾ ਟਾਈਮ ਵੱਜ ਕੇ 12 ਠੀਕ ਹੈ ਕੁਛ ਵੀ ਟਾਈਮ ਹੋ ਗਿਆ ਜਾਂ ਲੈਂਥ ਮੈਜ਼ਰ ਕੀਤੀ ਆਪਾਂ ਕਹਿ ਦਿੰਦੇ ਹਾਂ ਸਪੋਜ਼ ਕਰ ਲਓ 10 ਮੀਟਰ ਆ ਸੈਂਟੀਮੀਟਰ ਆ ਜਾਂ 10 ਕਿਲੋਮੀਟਰ ਆ ਆਪਾਂ ਉਹਦੇ ਨਾਲ ਯੂਨਿਟ ਨੂੰ ਯੂਜ਼ ਕਰ ਲਿਆ ਪਰ ਜੇ ਯੂਨਿਟ ਨਾ ਹੁੰਦੇ ਫਿਰ ਆਪਾਂ ਸਿੰਪਲ ਕੀ ਕਰਨਾ ਸੀਗਾ ਲੈਂਥ ਕਿੰਨੀ ਆ ਸਿੰਪਲ ਆਪਾਂ ਕਹਿ ਦਿੰਦਾ ਸੀ 10 ਕੋਈ ਯੂਨਿਟ ਹੀ ਨਹੀਂ ਯੂਜ਼ ਕਰ ਲਏ ਵੇਟ ਕਿੰਨਾ ਵਾ ਮੰਨ ਲਓ 10 ਕਿਲੋਗ੍ਰਾਮ ਸੀਗਾ ਯੂਨਿਟ ਨਾ ਹੁੰਦੇ ਆਪਾਂ ਕਹਿੰਦੇ ਸੀ 10 ਇਸ ਤਰ੍ਹਾਂ ਕਨਫਿਊਜ਼ਨ ਹੋਣੀ ਸੀ ਕਿ ਇਹ ਕਿਹੜੀ ਚੀਜ਼ ਨੂੰ ਦੱਸਦਾ ਪਿਆ ਸਿਰਫ ਆਪਣੇ ਕੋਲ ਮੈਗਨੀਚੂਡ ਦੀ ਵੈਲਿਊ ਹੋਣੀ ਸੀ ਜਿਵੇਂ ਆਪਾਂ ਯੂਜ਼ ਕਰਦੇ ਪਏ ਹਾਂ ਨੂਮੈਰੀਕਲ ਵੈਲਿਊ ਦੀ ਵੇਟ ਆ ਉਹਦਾ 10 ਕਿਲੋਗ੍ਰਾਮ ਆ ਮਾਸ ਆਪਣੇ ਕੋਲ 10 ਕਿਲੋਗ੍ਰਾਮ ਹੋ ਗਿਆ ਲੈਂਥ ਆਪਣੇ ਕੋਲ 10 ਮੀਟਰ ਹੋ ਗਈ ਟਾਈਮ ਆ 10 ਸਪੋਜ਼ ਕਰ ਲਓ 10 ਆਵਰ ਤੱਕ ਹੈ ਤਾਂ ਆਪਾਂ ਮਤਲਬ ਜੇ ਯੂਨਿਟ ਨਾ ਹੁੰਦੇ ਆਪਣੇ ਕੋਲ ਕਨਫਿਊਜ਼ਨ ਹੋਣੀ ਸੀਗੀ ਸਪੋਜ਼ ਕਰ ਲਓ ਕੋਈ ਵੀ ਛੋਟੇ ਤੋਂ ਛੋਟਾ ਸਕਰਿਊ ਆ ਉਹ ਛੋਟੇ ਤੋਂ ਛੋਟਾ ਸਕਰਿਊ ਹੋਲ ਦੇ ਵਿੱਚ ਕਦੋਂ ਫਿੱਟ ਹੋਊਗਾ ਜੇ ਆਪਣੇ ਕੋਲ ਉਹਦੀ ਪਰਫੈਕਟ ਮੈਜ਼ਰਮੈਂਟ ਹੋਊਗੀ ਨਹੀਂ ਤਾਂ ਜੇ ਆਪਾਂ ਅੰਦਾਜ਼ੇ ਦੇ ਨਾਲ ਉਸ ਨੂੰ ਬਣਾਉਂਦੇ ਹਾਂ ਤਾਂ ਉਹ ਛੋਟਾ ਵੀ ਹੋ ਸਕਦਾ ਵੱਡਾ ਵੀ ਹੋ ਸਕਦਾ ਜਿਵੇਂ ਆ ਮਾਰਕਰ ਦੇ ਉੱਤੇ ਕੈਪ ਲਾਉਣਾ ਇਹਦੀ ਪਰਫੈਕਟ ਮੈਜ਼ਰਮੈਂਟ ਬਣੀ ਤਾਂ ਹੀ ਇਹਦੇ ਉੱਤੇ ਪੂਰੀ ਤਰ੍ਹਾਂ ਫਿੱਟ ਹੋ ਜਾਂਦਾ ਜੇ ਮੈਜ਼ਰਮੈਂਟ ਹੀ ਨਾ ਹੁੰਦੀ ਇਸ ਚੀਜ਼ ਦੀ ਫਿਰ ਆਪਾਂ ਜਿਹੜਾ ਆ ਹੋਲ ਬਣਾਉਣਾ ਸੀਗਾ ਉਹ ਕਿਸੇ ਅੰਦਾਜ਼ੇ ਨਾਲ ਬਣਾ ਸੀਗਾ ਇਸ ਤਿੰਨਾਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਨੂੰ ਇੱਕ ਮੈਜ਼ਰਮੈਂਟ ਦੀ ਲੋੜ ਪਈ ਕਿ ਕਿੱਦਾਂ ਆਪਾਂ ਮੈਜ਼ਰਮੈਂਟ ਕਰਨੀ ਆ ਕਿਹੜੀ ਚੀਜ਼ਾਂ ਦੇ ਵਿੱਚ ਇਹ ਯੂਜ਼ ਹੋਣੀ ਆ ਇਸ ਤੋਂ ਪਹਿਲਾਂ ਮੈਜ਼ਰਮੈਂਟ ਨੂੰ ਡਿਫਾਈਨ ਕਰਨ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਡਿਫਾਈਨ ਕਰਨਾ ਫਿਜ਼ੀਕਲ ਕੁਆਂਟੀਟੀ ਨੂੰ ਜੋ ਵਾਰ ਵਾਰ ਆਪਾਂ ਫਿਜ਼ਿਕਸ ਦੇ ਵਿੱਚ ਯੂਜ਼ ਕਰਦੇ ਹਾਂ ਕਿ ਫਿਜ਼ੀਕਲ ਕੁਆਂਟੀਟੀ ਹੁੰਦੀ ਕੀ ਹੈ ਉਹ ਦੇਖੋ ਫਿਜ਼ੀਕਲ ਕੁਆਂਟੀਟੀ ਕੀ ਹੈ ਦੀ ਡੈਫੀਨੇਸ਼ਨ ਕੀ ਹੈ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਡਿਸਕਸ ਕਰਨੀ ਹੈ ਫਿਜ਼ੀਕਲ ਕੁਆਂਟੀਟੀ ਦੀ ਫਿਜ਼ੀਕਲ ਕੁਆਂਟੀਟੀ ਕੀ ਹੈ ਜਿਸ ਨੂੰ ਆਪਾਂ ਕੋਈ ਵੀ ਆਬਜੈਕਟ ਆ ਕੋਈ ਵੀ ਥਿੰਗ ਆਪਾਂ ਨੂੰ ਜਿਸ ਨੂੰ ਆਪਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਮੈਜ਼ਰ ਕਰ ਸਕਦੇ ਹਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਫਿਜ਼ੀਕਲ ਕੁਆਂਟੀਟੀ ਕਿ ਜਿਹੜੀ ਚੀਜ਼ ਨੂੰ ਆਪਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਮੈਜ਼ਰ ਕਰ ਸਕਦੇ ਹਾਂ ਉਹ ਕੀ ਹੋਊਗੀ ਆਪਣੇ ਕੋਲ ਫਿਜ਼ੀਕਲ ਕੁਆਂਟੀਟੀ ਸਪੋਜ਼ ਕਰ ਲਓ ਆ ਮਾਰਕਰ ਆ ਇਹਦੀ ਲੈਂਥ ਮੈਜ਼ਰ ਕਰਨੀ ਆ ਤੁਸੀਂ ਕੀ ਕਰੋਗੇ ਸਕੇਲ ਦੇ ਨਾਲ ਮੈਜ਼ਰ ਕਰ ਲਿਆ ਇਹ ਤਾਂ ਹੋ ਗਿਆ ਡਾਇਰੈਕਟ ਮੈਥਡ 10th ਦੇ ਵਿੱਚ ਤੁਸੀਂ ਮੈਥਮੈਟਿਕਸ ਦੇ ਵਿੱਚ ਨੂਮੈਰੀਕਲ ਕੀਤੀ ਸੀ ਸਮ ਕੀਤੇ ਸੀ ਉਹਦੇ 'ਚ ਆਪਾਂ ਕਿਸੇ ਬਿਲਡਿੰਗ ਦੀ ਹਾਈਟ ਪਤਾ ਕਰਦੇ ਸੀ ਐਂਗਲ ਆਫ ਐਲੀਵੇਸ਼ਨ ਫਾਈਂਡ ਕਰਕੇ ਉਹਦਾ ਜਾਂ ਗਿਵਨ ਹੁੰਦਾ ਸੀ ਕਿਸੇ ਟ੍ਰੀ ਦੀ ਹਾਈਟ ਕਿਸੇ ਬਿਲਡਿੰਗ ਦੀ ਹਾਈਟ ਜਿਹਦੀ ਮਰਜ਼ੀ ਹਾਈਟ ਪਤਾ ਕਰ ਲਈ ਪਰ ਉਹਦੇ ਲਈ ਆਪਣੇ ਕੋਲ ਡਾਇਰੈਕਟ ਮੈਥਡ ਨਹੀਂ ਹੁੰਦਾ ਕਿਉਂਕਿ ਆਪਾਂ ਡਾਇਰੈਕਟ ਉਹਨੂੰ ਮੈਜ਼ਰ ਨਹੀਂ ਕਰ ਸਕਦੇ ਸੀ ਆਪਾਂ ਉੱਥੇ ਇੱਕ ਫਾਰਮੂਲਾ ਯੂਜ਼ ਕਰਦੇ ਸੀ ਉਹ ਇਨਡਾਇਰੈਕਟ ਮੈਥਡ ਹੋ ਗਿਆ ਮਤਲਬ ਜਦੋਂ ਆਪਾਂ ਕੋਈ ਫਾਰਮੂਲਾ ਯੂਜ਼ ਕਰਕੇ ਕਿਸੇ ਚੀਜ਼ ਦੀ ਲੈਂਥ ਮਾਸ ਜਾਂ ਕੋਈ ਵੀ ਕਿਸੇ ਵੀ ਚੀਜ਼ ਦੇ ਆਪਾਂ ਫਾਈਂਡ ਕਰਦੇ ਹਾਂ ਉਸ ਨੂੰ ਆਪਾਂ ਇਨਡਾਇਰੈਕਟ ਮੈਥਡ ਕਹਿੰਦੇ ਹਾਂ
डायरेक्ट मेथड जिहड़े आपां सिंपली मेजर कर सकदे हां, ठीक है। किसी चीज़ का वेट किया आपां उहदा मास दसता किन्ना वा 10 किलोग्राम अगर वेट, वो डायरैक्ट मैथड हो गया। लेंथ मेजर की किसी स्केल के नाल या किसी होर चीज़ के नाल, ठीक है, वो की अपने को डायरैक्ट मैथड हो जाते। इस तरह आपां फिजिकल क्वांटिटी नूं की कहांगे, क्वांटिटी विच कैन बी मेजर डायरैक्टली और इनडायरैक्टली इज नोन एज फिजिकल क्वांटिटी, ठीक है। ये अपने को डेफिनेशन सी फिजिकल क्वांटिटी की। नैक्सट आ जाता अपने को मेजरमेंट की होंगी, और मेजरमेंट की है इनू डिफाइन करने के लिए देखो की करांगे आपां, इहदे लिए आपां वर्ड यूज करते हैं कंपैरिजन। दो चीज़ों के विच कंपैरिजन करना, सपोज कर लो अपने कोल दो परसन, एक दी हाइट छोटी एक दी वड्डी है, आपां की कहांगे कि आ वाला जिहड़ा दूसरा परसन आ वह दूजे नालों की है लंबा, या जिहड़ा छोटा नूं की कहांगे वह दूसरे दे नालों छोटा। तो जे वेट नूं कंपेयर करना आपां वेट लई की यूज करते हैं कि सपोज कर लो मेरे को डस्टर है तो मार्कर, मैं की कहूँगा इहदा मास ज़्यादा कि मार्कर दे नाल, मतलब आ ज़्यादा भारा कि मार्कर दे नाल, मतलब आपां की करते पए हां जो भी गल करते हैं दो कंपैरिजन करते हैं उदों की करते हैं आपां दो सेम चीज़ों के नाल कंपैरिजन करते हैं आपां, ते ओह होमोजीनियस क्वांटिटीज कह दें आपां सेम काइंड दियां होनी चाहिए, मतलब इको, मतलब लेंथ आ तो लेंथ नाल ही आपां कंपेयर करना, मास आ तो मास नाल ही कंपेयर करना, टाइम आ तो उहनूं टाइम दे नाल ही कंपेयर करांगे। तां इस तरह की डेफिनेशन की होगी, देखो मेजरमेंट की, मेजरमेंट की डेफिनेशन की हो जूगी, इट इज़ अ कंपेरिजन ऑफ अ फिजिकल क्वांटिटी, इट इज़ अ कंपेरिजन ऑफ फिजिकल क्वांटिटी ऑफ ए होमोजीनियस क्वांटिटी ऑफ सेम काइंड, कि यह की है एक तरह का कंपेरिजन आ जिहदे ते आपां की करते हैं एक फिजिकल क्वांटिटी नूं दूसरी फिजिकल क्वांटिटी दे नाल कंपेयर करते हैं जिहड़ी सेम काइंड दी उस कैटेगरी दे विच आउंदी होंदी, उस नूं आपां की कह दिंदे आ मेजरमेंट। तां इहदी डेफिनेशन सी इट इज़ अ कंपेरिजन ऑफ अ फिजिकल क्वांटिटी ऑफ ए होमोजीनियस क्वांटिटी ऑफ सेम काइंड, तां इक्को तरह की होमोजीनियस क्वांटिटी दे नाल, होमोजीनियस का मतलब की हुंदा वा उस कैटेगरी दे विच लाई करना, सेम कैटेगरी दे विच, उस नूं आपां की नाम दे दिंदे आ मेजरमेंट दा। फिर अपने कोल अगे आ जांदी डेफिनेशन यूनिट की, हुण यूनिट की डेफिनेशन की है, आपां गल कीती सी मेजरमेंट की, मेजरमेंट च आपां की कहता कि सपोज कर लो अपने कोल दो लेंथ है, एक सैल एक मार्कर, आपां की कहांगे कि मार्कर की लेंथ ज़्यादा किहदे नालों इस सैल दे नालों, किन्नी ज़्यादा ये तो नहीं दस्या, ठीक है। उहदे लई आपां एक वर्ड यूज करते हैं स्टैंडर्ड, कि आपां एक स्टैंडर्ड यूज कर लिया किहदे लई, दो सेम काइंड की फिजिकल क्वांटिटी नूं कंपेयर करन दे लई, ठीक है, मतलब इन्हां नूं आपां कंपेयर करते पए हैं, दोवां की लेंथ नूं कंपेयर करते पए हैं, उहदे लई एक स्टैंडर्ड यूज किया गया, उस स्टैंडर्ड नूं नेम दिता आपां यूनिट का, ठीक है। अ स्टैंडर्ड इज यूज्ड टू कंपेयर सेम काइंड ऑफ होमोजीनियस क्वांटिटी, उस स्टैंडर्ड नूं आपां यूनिट का नाम कह दिंदे आ। सपोज कर लो आ जिहड़ी लेंथ आ इहदे तो 3 times आ, आपां की कहांगे, सपोज कर लो आ 1 cm आ 3 cm, आपां की कहांगे इहदे विच आ वाली क्वांटिटी किन्ने टाइम आ, 3 times होगी, ठीक है, मतलब इहदे नाल 3 times ज़्यादा हो गया क्योंकि आ 1 सी आ 3 सी आ, आपां इहनूं की कहांगे आ 1 meter, 1 meter इहदे विच किन्ने टाइम प्रेजेंट आ, या 1 cm इहदे विच किन्ने टाइम प्रेजेंट आ, 3 times, ठीक है, मतलब ये 3 cm आ, ये 1 cm आ, वो जिहड़ा सेंटीमीटर या आपां मीटर नाल लाउंदे आ उहनूं आपां एक स्टैंडर्ड कह दिंदे आ। इस स्टैंडर्ड नूं आपां यूनिट दा नाम दिंदे आ कि जदों आपां दो क्वांटिटी नूं कंपेयर करते हैं, कंपेयर करन दे लई आपां एक स्टैंडर्ड यूज किया, उस स्टैंडर्ड नूं आपां की कह दिंदे आ यूनिट। जे वेट नूं कंपेयर करते हैं फिर की कहांगे आपां, उहदा वेट इन्ने किलोग्राम उहदे तों ज़्यादा वा, ठीक है। हुण आपां यूज कर लेना, पहलां आपां की कहा सी आ सैल, ठीक है, या आ डस्टर जिहड़ा वा इहदे नालों भारा वा, इही वर्ड यूज किया सी। हुण आपां की कहांगे दोवां दा वेट किया, आपां की कहांगे कि आह वाला जिहड़ा डस्टर आ इहदे तों इन्ने ग्राम सैल तों या इन्ने किलोग्राम ज़्यादा वा,
एक स्टैंडर्ड यूज हो गया किलोग्राम या लेंथ दे विच, मीटर या सेंटीमीटर यूज हो गया अपने को, उसे नूं आपां स्टैंडर्ड नूं नां दिंदे आ यूनिट। हुण जिहड़ा यूनिट आ इह दो वैल्यूज दे उत्ते डिपेंड करदा, कोई भी फिजिकल क्वांटिटी आ, कोई भी फिजिकल क्वांटिटी वो दो चीजां दे उत्ते डिपेंड करदी आ, एक तां न्यूमेरिकल वैल्यू ते दूजा डिपेंड करदी आ वो यूनिट दे उत्ते n into u। कोई भी फिजिकल क्वांटिटी आ वो न्यूमेरिकल वैल्यू ते यूनिट दे उत्ते डिपेंड करदी। सपोज कर लो आपां हुणी गल कीती सी लेंथ, लेंथ फिजिकल क्वांटिटी होगी एदी 5 मीटर लिख लिया आपां, 5 की आ न्यूमेरिकल वैल्यू होगी, मीटर की आ यूनिट हो गया। मतलब किसी भी आपां फिजिकल क्वांटिटी नूं लिखना वा ओ एदे इक्वल न्यूमेरिकल ते यूनिट दी प्रोडक्ट दे इक्वल हुंदी। और ये गल से अपने को फिजिकल क्वांटिटी कि डिपेंड करती है, कितना राइट करना अपना। फिर नैक्सट अपने को गल आ जाती है कि जेडे आ न्यूमेरिकल वैल्यू आ यूनिट एक दूसरे के नाल किस तरह रिलेटड। आप देखो इस एग्जाम्पल तो समझते हैं, जे आप मीटर को सेंटीमीटर से कन्वर्ट कर दिए कि बन जू, आप सारे पता लोअर क्लास किया कि 1 मीटर इक्वल टू 100 सेंटीमीटर, ਕਿੰਨਾ ਬਣ ਜੂਏ 500 सेंटीमीटर। ਆਪਾਂ ਇਹਨੂੰ ਕਨਵਰਟ ਕਰ ਲਿਆ, ਲੈਂਥ ਤਾਂ ਉਹੀ ਰਹੂਗੀ, ਲੈਂਥ ਨੂੰ ਤਾਂ ਕੋਈ ਫਰਕ ਨਹੀਂ ਪਿਆ, ਚਾਹੇ ਉਹਨੂੰ 5 ਮੀਟਰ ਕਹਿ ਲਓ ਚਾਹੇ 500 सेंटीमीटर ਕਹਿ ਲਓ, ਪਰ ਕਿਹਦਾ ਫਰਕ ਪਿਆ ਇੱਥੇ? ਇੱਕ ਤਾਂ ਦੇਖੋ ਨੂਮੈਰੀਕਲ ਵੈਲਿਊ ਚੇਂਜ ਹੋ ਗਈ, ਦੂਸਰਾ ਯੂਨਿਟ ਵੀ ਤਾਂ ਚੇਂਜ ਹੋ ਗਿਆ। ਨੂਮੈਰੀਕਲ ਵੈਲਿਊ ਵੱਧ ਗਈ ਤੇ ਮੀਟਰ ਤੋਂ ਕੀ ਹੋ ਗਿਆ ਸੈਂਟੀਮੀਟਰ। ਆਪਾਂ ਨੂੰ ਪਤਾ ਸੈਂਟੀਮੀਟਰ ਛੋਟਾ ਹੁੰਦਾ ਕਿਹਦੇ ਨਾਲੋਂ? ਮੀਟਰ ਦੇ ਨਾਲੋਂ। ਇਹਦਾ ਮਤਲਬ ਕੀ ਹੋਇਆ ਆਪਣੇ ਕੋਲ ਕਿ ਨੂਮੈਰੀਕਲ ਵੈਲਿਊ ਜਦੋਂ ਆਪਾਂ ਕਨਵਰਜਨ ਕਰਦੇ ਹਾਂ ਦੂਸਰੇ ਸਿਸਟਮ 'ਚ, ਠੀਕ ਆ, ਚੇਂਜ ਕੀਤਾ ਵਾ ਚਾਹੇ ਨੂਮੈਰੀਕਲ ਵੈਲਿਊ ਨੂੰ ਚਾਹੇ ਯੂਨਿਟ ਨੂੰ ਚੇਂਜ ਕੀਤਾ, ਆ ਦੋਵੇਂ ਵੈਲਿਊਜ਼ ਚੇਂਜ ਹੁੰਦੀਆਂ। ਜਿਹੜਾ ਨੰਬਰ ਆ ਉਹ ਤਾਂ ਵੱਧ ਗਿਆ, ਠੀਕ ਆ, ਦੇਖੋ ਨੰਬਰ ਵੱਧ ਗਿਆ ਅਤੇ ਜਿਹੜਾ ਯੂਨਿਟ ਆ ਉਹ ਘੱਟ ਗਿਆ। ਇਹਦਾ ਮਤਲਬ ਆਪਾਂ ਕੀ ਕਹਾਂਗੇ ਕਿ ਨੰਬਰ ਆ ਜੋ ਯੂਨਿਟ ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਜੇ ਆਪਾਂ ਯੂਨਿਟ ਨੂੰ ਛੋਟਾ ਕਰਦੇ ਹਾਂ ਤਾਂ ਨੂਮੈਰੀਕਲ ਵੈਲਿਊ ਵੱਧ ਜਾਂਦੀ ਆ। ਦੇਖੋ ਮੀਟਰ ਤੋਂ ਸੈਂਟੀਮੀਟਰ ਕੀਤਾ, ਨੂਮੈਰੀਕਲ ਵੈਲਿਊ ਕੀ ਹੋ ਗਈ? ਇਨਕਰੀਜ਼ ਹੋ ਗਈ। ਇਸ ਤਰ੍ਹਾਂ ਆਪਣੇ ਕੋਲ ਕੀ ਆ, ਯੂਨਿਟ ਜਾਂ ਨੂਮੈਰੀਕਲ ਵੈਲਿਊਜ਼ ਆ ਜਿਹੜੀਆਂ ਉਹ ਇੱਕ ਦੂਸਰੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੀਆਂ। ਅਤੇ ਇਹ ਤਾਂ ਆਪਣੇ ਕੋਲ ਗੱਲ ਸੀ ਕਿ ਫਿਜ਼ੀਕਲ ਕੁਆਂਟਿਟੀ ਇਸ ਤਰ੍ਹਾਂ ਡਿਪੈਂਡ ਕਰਦੀ ਹੈ ਕਿੰਨਾ ਚੀਜ਼ਾਂ ਦੇ ਉੱਤੇ, ਅਤੇ ਨੂਮੈਰੀਕਲ ਵੈਲਿਊ ਅਤੇ ਯੂਨਿਟਸ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਰਿਲੇਟਡ ਆ। ਹੁਣ ਆਪਾਂ ਨੈਕਸਟ ਗੱਲ ਕਰਨੀ ਆ ਫੰਡਾਮੈਂਟਲ ਯੂਨਿਟਸ ਅਤੇ ਡਿਰਾਈਵਡ ਯੂਨਿਟ ਕੀ ਹੁੰਦੇ ਆ। ਫੰਡਾਮੈਂਟਲ ਯੂਨਿਟ ਆਪਾਂ ਨੂੰ ਹੁਣ ਯੂਨਿਟ ਦਾ ਪਤਾ ਲੱਗ ਗਿਆ, ਆਪਾਂ ਹੁਣ ਡਿਫਾਈਨ ਕਰਨਾ ਫੰਡਾਮੈਂਟਲ ਯੂਨਿਟ ਅਤੇ ਡਿਰਾਈਵਡ ਯੂਨਿਟ। ਇਹ ਦੋ ਤਰ੍ਹਾਂ ਦੇ ਯੂਨਿਟ ਆਪਣੇ ਕੋਲ, ਫੰਡਾਮੈਂਟਲ ਐਂਡ ਡਿਰਾਈਵਡ ਯੂਨਿਟ। ਸਟਾਰਟਿੰਗ ਦੇ ਵਿੱਚ ਜਦੋਂ ਯੂਨਿਟ ਦੀ ਗੱਲ ਚੱਲੀ ਸੀ, ਸਿਰਫ ਸਟਾਰਟਿੰਗ ਦੇ ਵਿੱਚ 3 ਫਿਜ਼ੀਕਲ ਕੁਆਂਟਿਟੀ ਦੀ ਗੱਲ ਹੋਈ ਸੀ। ਉਹ 3 ਫਿਜ਼ੀਕਲ ਕੁਆਂਟਿਟੀਜ਼ ਕਿਹੜੀਆਂ ਸੀਗੀਆਂ? ਆਪਾਂ ਫਿਜ਼ੀਕਲ ਕੁਆਂਟਿਟੀ ਦੀ ਗੱਲ ਕਰਦੇ ਪਏ ਹਾਂ। ਫਿਜ਼ੀਕਲ ਕੁਆਂਟਿਟੀ ਕਿਹੜੀਆਂ? ਇੱਕ ਤਾਂ ਲੈਂਥ, ਦੂਸਰੀ ਸੀ ਆਪਣੇ ਕੋਲ ਮਾਸ ਅਤੇ ਟਾਈਮ। ਸਟਾਰਟਿੰਗ ਦੇ ਵਿੱਚ ਆਪਣੇ ਕੋਲ ਇਹ 3 ਮੇਨ ਫਿਜ਼ੀਕਲ ਕੁਆਂਟਿਟੀ ਸੀਗੀਆਂ। ਇਹਨਾਂ 3 ਫਿਜ਼ੀਕਲ ਕੁਆਂਟਿਟੀ ਦੇ ਜੋ ਯੂਨਿਟ ਸੀਗੇ ਉਹਨਾਂ ਯੂਨਿਟਸ ਨੂੰ ਆਪਾਂ ਕਹਿਤਾ ਸੀਗਾ ਫੰਡਾਮੈਂਟਲ ਯੂਨਿਟਸ। ਇਹ 3 ਫਿਜ਼ੀਕਲ ਕੁਆਂਟਿਟੀ ਹੋ ਗਈਆਂ। ਫੰਡਾਮੈਂਟਲ ਯੂਨਿਟਸ ਕੀ ਹੋਣਗੇ? ਜੋ ਵੀ ਇਹਨਾਂ ਦੇ ਯੂਨਿਟ, ਲੈਂਥ ਦੇ ਮੀਟਰ, ਮਾਸ ਦੇ ਕਿਲੋਗ੍ਰਾਮ, ਟਾਈਮ ਦੇ ਸੈਕਿੰਡ। ਇਹਨਾਂ 3 ਯੂਨਿਟਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਫੰਡਾਮੈਂਟਲ ਯੂਨਿਟਸ, ਠੀਕ ਹੈ। ਇਹ 3 ਫੰਡਾਮੈਂਟਲ ਯੂਨਿਟਸ ਆ ਕਿ ਜੋ ਆਪਣੀਆਂ ਫਿਜ਼ੀਕਲ ਕੁਆਂਟਿਟੀ ਆ, ਲੈਂਥ, ਮਾਸ ਅਤੇ ਟਾਈਮ, ਇਹਨਾਂ ਦੇ ਜੋ ਯੂਨਿਟਸ ਹੁੰਦੇ ਆ ਉਹ ਯੂਨਿਟਸ ਨੂੰ ਆਪਾਂ ਕਹਿ ਦਿੰਦੇ ਹਾਂ ਫੰਡਾਮੈਂਟਲ ਯੂਨਿਟਸ। ਮੀਟਰ ਆ, ਕਿਲੋਗ੍ਰਾਮ ਆ, ਮਾਸ ਦੇ, ਟਾਈਮ ਦੇ ਸੈਕਿੰਡ ਆ। ਫਿਰ ਇਹ ਜਿਹੜੇ ਫੰਡਾਮੈਂਟਲ ਯੂਨਿਟਸ ਆ ਉਹ ਇੰਡੀਪੈਂਡੈਂਟ ਆਫ ਈਚ ਅਦਰ ਆ, ਇੱਕ ਦੂਜੇ ਦੇ ਉੱਤੇ ਡਿਪੈਂਡ ਨਹੀਂ ਕਰਦੇ ਇਹ, ਠੀਕ ਆ। ਕਿੱਦਾਂ? ਦੇਖੋ
सपोज कर लो आप लेंथ ते मास नो कंपेयर करते हैं, आप कह दें डिपेंड जी लेंथ आ मास के उत्ते डिपेंड करती है। सपोज कर लो अपने को दो चीज़ों की हाइट सेम आ, ठीक है, आ देखो मान लो इन दोवों की हाइट सेम आ, जिनी एरी लेंथ आ उन्नी डस्टर दी है उन्नी ही मार कर दी है, पर तुसी देखो इहदा मास आ जिहड़ा वह घट होगा इहदा ज़्यादा होगा, मतलब जिहड़ी लेंथ आ वह मास के उत्ते डिपेंड नहीं करती, क्योंकि जरूरी नहीं कि दोवां दा मास की होगा इक्वल होगा, लेंथ इक्वल हो सकती है पर जिहड़ा मास आ उह इक्वल नहीं हो सकता, इंडिपेंडेंट होगी। दो परसन आ दोवां दी हाइट सेम आ, ठीक है, दोवां दी हाइट की है सेम आ, जरूरी नहीं कि दोवां दा वेट की होगा मास की होगा बराबर ही होगा, किसी का मास ज़्यादा होगा किसी का घट होगा, इहदा मतलब जिहड़ी लेंथ आ उह मास दे उत्ते डिपेंड नहीं करती। इस तरह ਆਪਾਂ ਇਹਨਾਂ ਦੋਵਾਂ ਦੀ ਗੱਲ ਕਰਦੇ ਹਾਂ, ਦੋਵਾਂ ਦਾ ਮਾਸ ਅਲੱਗ ਅਲੱਗ ਆ, ਠੀਕ ਆ, ਹੁਣ ਕੀ ਟਾਈਮ ਚੇਂਜ ਹੋਣ ਦੇ ਨਾਲ ਇਹਨਾਂ ਦੇ ਮਾਸ ਦੇ ਉੱਤੇ ਕੋਈ ਇਫੈਕਟ ਪਊਗਾ, ਆਪਾਂ ਇਸੇ ਰੂਮ 'ਚ ਰੱਖਤਾ, ਕੱਲ੍ਹ ਆ ਕੇ ਚੈੱਕ ਕਰਾਂਗੇ ਮਾਸ ਸੇਮ ਹੋਊ ਦੋਵਾਂ ਦਾ, ਪਰਸੋਂ ਚੈੱਕ ਕਰੋਗੇ, ਠੀਕ ਆ, ਮਹੀਨੇ ਬਾਅਦ ਚੈੱਕ ਕਰ ਲਓ, ਇਹਨਾਂ ਦੋਵਾਂ ਦਾ ਮਾਸ ਕੀ ਆ ਸੇਮ ਹੀ ਰਹਿਣਾ, ਚੇਂਜ ਨਹੀਂ ਹੋਣਾ ਮਾਸ, ਠੀਕ ਆ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਜਿਹੜਾ ਮਾਸ ਆ ਉਹ ਟਾਈਮ ਦੇ ਉੱਤੇ ਵੀ ਡਿਪੈਂਡ ਨਹੀਂ ਕਰਦਾ, ਨਾ ਤਾਂ ਇਹਨਾਂ ਦੀ ਲੈਂਥ ਚੇਂਜ ਹੋਣੀ ਹੈ, ਜਿਹਨਾਂ ਨੂੰ ਤੁਸੀਂ ਇੱਦਾਂ ਹੀ ਰੱਖਤਾ ਚਾਹੇ ਮਹੀਨੇ ਬਾਅਦ ਚੈੱਕ ਕਰ ਲਓ, ਦੋ ਮਹੀਨਿਆਂ ਬਾਅਦ, ਸਾਲ ਬਾਅਦ, ਦੋ ਸਾਲ, ਇਹਨਾਂ ਦੀ ਲੈਂਥ ਆ ਜਿਹੜੀ ਜਿੰਨੀ ਆ ਉਨੀਆਂ ਹੀ ਰਹੂਗੀ। ਇਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਤਿੰਨੋਂ ਜਿਹੜੀਆਂ ਫਿਜ਼ੀਕਲ ਕੁਆਂਟੀਟੀ ਆ ਜਾਂ ਤਿੰਨੋਂ ਯੂਨਿਟਸ ਆ ਉਹ ਤਿੰਨੋਂ ਯੂਨਿਟਸ ਇੱਕ ਦੂਸਰੇ ਤੋਂ ਇੰਡੀਪੈਂਡੈਂਟ ਆ, ਠੀਕ ਆ, ਇਹਨੂੰ ਆਪਾਂ ਕਹਿ ਦਿੰਦੇ ਹਾਂ ਫੰਡਾਮੈਂਟਲ ਯੂਨਿਟਸ। ਨੈਕਸਟ ਆਪਣੇ ਕੋਲ ਆ ਜਾਂਦਾ ਡਿਰਾਈਵਡ ਯੂਨਿਟ। ਹੁਣ ਇਹ ਡਰਾਈਵ ਯੂਨਿਟ ਕੀ ਹੁੰਦੀ ਹੈ, ਡਰਾਈਵ ਯੂਨਿਟ ਕੀ ਆ ਕਿ ਇਹਨਾਂ ਫੰਡਾਮੈਂਟਲ ਯੂਨਿਟਸ ਨੂੰ ਯੂਜ਼ ਕਰਕੇ ਆਪਾਂ ਚਾਹੇ ਇਹਨਾਂ ਨੂੰ ਮਲਟੀਪਲਾਈ ਕਰੀਏ ਚਾਹੇ ਡਿਵਾਈਡ ਕਰੀਏ ਆਪਣੇ ਕੋਲ ਨਵਾਂ ਯੂਨਿਟ ਬਣੂਗਾ, ਉਸ ਨਿਊ ਯੂਨਿਟ ਨੂੰ ਆਪਾਂ ਨਾਮ ਦਿੰਦੇ ਹਾਂ ਡਰਾਈਵਡ ਯੂਨਿਟ, ਠੀਕ ਆ। ਡੈਫੀਨੇਸ਼ਨ ਦੇਖੋ ਕੀ ਹੋਊਗੀ, ਦਾ ਯੂਨਿਟਸ ਵਿਚ ਆਰ ਡਰਾਈਵਡ ਫਰੋਮ ਫੰਡਾਮੈਂਟਲ ਯੂਨਿਟਸ ਬਾਏ ਮਲਟੀਪਲਾਈਂਗ ਔਰ ਡਿਵਾਈਡਿੰਗ ਦੀਜ ਯੂਨਿਟਸ, ਠੀਕ ਆ, ਕਿ ਉਹ ਯੂਨਿਟ ਜਿਹੜੇ ਆਪਾਂ ਕਿਹਦੇ ਤੋਂ ਓਬਟੇਨ ਕੀਤੇ ਆ ਡਰਾਈਵ ਕੀਤੇ ਆ ਇਹਨਾਂ ਫੰਡਾਮੈਂਟਲ ਯੂਨਿਟਸ ਤੋਂ, ਕਿਵੇਂ ਮਲਟੀਪਲਾਈ ਕਰਕੇ ਉਹਨਾਂ ਨੂੰ ਜਾਂ ਡਿਵਾਈਡ ਕਰਕੇ, ਠੀਕ ਆ। ਸਪੋਜ਼ ਕਰ ਲਓ ਸੈਕਿੰਡ ਯੂਨਿਟ 'ਚ ਤੁਸੀਂ ਕਰਦੇ ਪਏ ਆ ਜਿਵੇਂ ਸਪੀਡ ਸੀ, ਸਪੀਡ ਦਾ ਫਾਰਮੂਲਾ ਡਿਸਟੈਂਸ ਓਵਰ ਟਾਈਮ ਸੀਗਾ, ਆਹ ਫਾਰਮੂਲਾ ਸੀ ਆਪਣੇ ਕੋਲ। ਹੁਣ ਇਹ ਜਿਹੜਾ ਫਾਰਮੂਲਾ ਆਪਾਂ ਸਪੀਡ ਦੇ ਯੂਨਿਟ ਡਰਾਈਵ ਕਰਦੇ ਹਾਂ, ਇਹਦੇ ਤੋਂ ਡਿਸਟੈਂਸ ਕਿਹਦੇ 'ਚ ਆ ਜਾਂਦੀ ਹੈ ਲੈਂਥ 'ਚ, ਇਹਦੇ ਯੂਨਿਟ ਕੀ ਹੋ ਗਏ ਮੀਟਰ, ਟਾਈਮ, ਟਾਈਮ ਦੇ ਕੀ ਆ ਸੈਕਿੰਡ। ਦੇਖੋ ਆਪਾਂ ਦੋਵੇਂ ਫੰਡਾਮੈਂਟਲ ਯੂਨਿਟ ਯੂਜ਼ ਕਰ ਲਏ ਅਤੇ ਸਪੀਡ ਦੇ ਯੂਨਿਟ ਕੀ ਬਣ ਗਏ ਮੀਟਰ ਪਰ ਸੈਕਿੰਡ, ਆਹ ਜਿਹੜੇ ਮੀਟਰ ਪਰ ਸੈਕਿੰਡ ਆ ਇਹ ਆਪਣੇ ਕੋਲ ਕੀ ਆ ਡਰਾਈਵਡ ਯੂਨਿਟ ਆ। ਕਿਵੇਂ ਡਰਾਈਵ ਕੀਤੇ ਆਪਾਂ, ਫੰਡਾਮੈਂਟਲ ਯੂਨਿਟਸ ਨੂੰ ਡਿਵਾਈਡ ਕਰਕੇ। ਇਸੇ ਤਰ੍ਹਾਂ ਕਈ ਫਾਰਮੂਲੇ ਹੋਣਗੇ ਜਿਨ੍ਹਾਂ 'ਚ ਆਪਾਂ ਇਹਨਾਂ ਨੂੰ ਮਲਟੀਪਲਾਈ ਕਰ ਲਾਂਗੇ, ਠੀਕ ਆ। ਇਸ ਤਰ੍ਹਾਂ ਆਪਾਂ ਫੰਡਾਮੈਂਟਲ ਯੂਨਿਟਸ ਨੂੰ ਯੂਜ਼ ਕਰਕੇ ਜੋ ਫਾਰਮੂਲਾ ਆਪਾਂ ਜਾਂ ਨਿਊ ਯੂਨਿਟ ਡਰਾਈਵ ਕੀਤੇ ਆ ਉਹਨਾਂ ਨੂੰ ਆਪਾਂ ਡਰਾਈਵ ਯੂਨਿਟ ਕਹਿੰਦੇ ਹਾਂ, ਠੀਕ ਆ, ਜਿਹੜੇ ਫੰਡਾਮੈਂਟਲ ਯੂਨਿਟ ਤੋਂ ਡਰਾਈਵ ਕਰਦੇ ਹਾਂ ਆਪਾਂ। ਇਹ ਸੀਗੇ ਦੋ ਤਰ੍ਹਾਂ ਦੇ ਯੂਨਿਟ, ਫੰਡਾਮੈਂਟਲ ਐਂਡ ਡਰਾਈਵਡ ਯੂਨਿਟ। ਹੁਣ ਨੈਕਸਟ ਆ ਜਾਂਦਾ ਆਪਣੇ ਕੋਲ ਜਿਹੜਾ ਆਪਾਂ ਇਹ ਸਿਸਟਮ ਯੂਜ਼ ਕੀਤਾ ਵਾ ਕਿ ਆਪਣੇ ਕੋਲ ਕੀ ਸਟੈਂਡਰਡ ਯੂਨਿਟਸ ਆ, ਜਿਹੜੀ ਸਟੈਂਡਰਡ ਯੂਨਿਟ ਆ ਉਹਨਾਂ ਦੀ ਕਰੈਕਟਰਿਸਟਿਕ ਕੀ ਆ, ਸਟੈਂਡਰਡ ਯੂਨਿਟਸ ਦੇ ਕਰੈਕਟਰਿਸਟਿਕ ਕੀ ਆ। ਸਾਰਿਆਂ ਨਾਲੋਂ ਪਹਿਲਾਂ ਦੇਖੋ ਕੀ ਆ ਇਹਦਾ ਕਰੈਕਟਰਿਸਟਿਕ ਕਿ ਇਹ ਪ੍ਰੋਪਰ ਸਾਈਜ਼ ਦੇ ਹੋਣੇ ਚਾਹੀਦੇ ਆ, ਠੀਕ ਆ। ਸਟੈਂਡਰਡ ਯੂਨਿਟ ਜੋ ਆਪਾਂ ਯੂਜ਼ ਕਰਦੇ ਹਾਂ ਉਹ ਕੀ ਹੋਣੇ ਚਾਹੀਦੇ, ਪ੍ਰੋਪਰ ਸਾਈਜ਼, ਕਿਉਂਕਿ ਜੇ ਯੂਨਿਟਸ ਜਿਹੜੇ ਆਪਾਂ ਯੂਜ਼ ਕਰਦੇ ਪਏ ਹਾਂ ਉਹਨਾਂ ਨੂੰ ਜਾਂ ਬਹੁਤ ਜ਼ਿਆਦਾ ਸਮਾਲ ਕਰ ਦਈਏ ਜਾਂ ਬਹੁਤ ਜ਼ਿਆਦਾ ਲਾਰਜ ਕਰ ਦਈਏ, ਠੀਕ ਆ, ਉਹਦੇ ਨਾਲ ਜਿਹੜੀ ਮੈਜ਼ਰਮੈਂਟ ਆ ਉਹ ਮੈਜ਼ਰਮੈਂਟ ਕਰਨ 'ਚ ਆਪਾਂ ਨੂੰ ਪ੍ਰੋਬਲਮ ਆਉਂਦੀ। ਇਸ ਕਰਕੇ ਆਪਾਂ ਕਹਿੰਦੇ ਹਾਂ ਇਹ ਯੂਨਿਟਸ ਆ ਜਿਹੜੇ ਉਹ ਪ੍ਰੋਪਰ ਸਾਈਜ਼ ਦੇ ਹੋਣੇ ਚਾਹੀਦੇ ਆ। ਫਿਰ ਆਪਾਂ ਕਹਿ ਦਿੰਦੇ ਹਾਂ ਇਹ ਅਸੈਸੀਬਲ ਹੋਣ, ਅਸੈਸੀਬਲ ਦਾ ਮਤਲਬ ਹੁੰਦਾ ਇਹ ਯੂਨਿਟਸ ਆਪਣੀ ਪਹੁੰਚ ਦੇ ਅੰਦਰ ਹੋਣ, ਠੀਕ ਹੈ, ਉਹਨੂੰ ਆਪਾਂ ਅਸੈਸੀਬਲ ਕਹਿ ਦਿੰਦੇ ਹਾਂ ਕਿ ਇਹ ਯੂਨਿਟਸ ਆਪਣੀ ਪਹੁੰਚ ਦੇ ਅੰਦਰ, ਮਤਲਬ ਕੋਈ ਚੀਜ਼ ਨੂੰ ਮੈਜ਼ਰ ਕਰਨਾ ਕਿਸੇ ਦਾ ਵੇਟ ਕਰਨਾ
ठीक है, वो अपनी पहुंच के अंदर हो गए। फिर ये रीप्रोड्यूसीबल होना, रीप्रोड्यूसीबल का मतलब की होंगे इन्हों यूनिट्स अपना दोबारा प्रोड्यूस कर सकिए, ठीक है, ये रीप्रोड्यूसीबल होने चाहिए। ती फोर्थ अपने को है कि ये फिजिकल कंडीशन चेंज होने चेंज ना हो। फिजिकल कंडीशन की जिम्मे टैंपरेचर चेंज हो गया, प्रैशर चेंज हो गया, तो यह जी कंडीशन है वह फिजिकल कंडीशन है, इन्हों फिजिकल कंडीशन के चेंज होने यह चेंज ना हो, ठीक है। उन्होंने आप कह दें कि ये करैक्टरिस्टिक्स है अपने को कि असैसीबल आ, रीप्रोड्यूसीबल आ, प्रोपर साइज के होने चाहिए आ, तो फिजिकल कंडीशन चेंज दे होने ये ना चेंज हो, ठीक है। ये करैक्टरिस्टिक स्टैंडर्ड यूनिट्स के अज की वीडियो लिए इन्ना ही, जिसे आप कुछ बेसिक गल्लां डिस्कस कीतियां। थैंक्स।